ਪੰਜਾਬ ਆਈ ਟੀ ਆਈ ਜਿਹੜੀ ਪੰਜਾਬ ਆਈ ਟੀ ਆ ਜਿਹੜੀ ਪਿਛਲੇ ਸਮੇਂ ਦੇ ਵਿੱਚ ਟੈਕਨੀਕ ਦੇ ਨਾਲ ਪੰਜਾਬ ਵੈਲਟਰ ਡੀਜ਼ਲ ਮਕੈਨੀਕਲ ਰਿਪੋਰਸ਼ਨ ਦੇ ਡਿਪਲੋਮੇ ਤਾਂ ਦੇ ਰਹੀ ਸੀ, ਪਰ ਅੱਜ ਉਹਨਾਂ ਨੇ ਇੱਕ ਨਵੀਂ ਸ਼ੁਰੂਆਤ ਕੀਤੀ ਕਿ ਕੈਨੇਡਾ ਵਾਸਤੇ ਉਹਨਾਂ ਨੇ ਸੈਮੀਨਾਰ ਲਾਇਆ, ਉਹਨਾਂ ਨੇ ਕੈਨੇਡਾ ਜਿਹੜੇ ਬੱਚੇ ਜਾ ਰਹੇ ਆ ਉਹਨਾਂ ਵਾਸਤੇ ਸੈਮੀਨਾਰ ਲਾਇਆ ਕਿ ਉਹ ਵਾਜਬ ਫੀਸ ਦੇ ਉੱਤੇ ਵਾਜਬ ਸਮਾਂ ਬਚਾ ਕੇ ਆਪਦਾ ਤੁਸੀਂ ਉਹ ਜਾ ਸਕਦੇ ਆ। ਉੱਥੇ ਵਿਸ਼ੇਸ਼ ਤੌਰ 'ਤੇ ਕੈਨੇਡਾ ਤੋਂ ਮੈਡਮ ਪਹੁੰਚੇ ਆ ਮਾਧਵੀ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਮੈਡਮ ਕੀ ਪ੍ਰੋਸੈਸ ਆ ਉਹਨਾਂ ਦਾ, ਕੀ ਉਹ ਨਵਾਂ ਲੈ ਕੇ ਆਏ? ਡਿਫਰੈਂਸ ਇਹ ਹੈ ਹਮਾਰਾ ਸੈਮੀਨਾਰ ਲਗਾਉਣ ਮੈਂ, ਕਿਉਂਕਿ ਮੈਂ ਦੇਖਾ ਕਿ ਬਹੁਤ ਸਟਰੋਂਗ ਹੈ ਅੱਛੀ ਔਰ ਸਕਿੱਲ ਵਰਕਰਸ ਵੀ ਕੈਨੇਡਾ ਜਾਣ ਕੇ ਲਈ, ਔਰ ਬਹੁਤ ਮਿਸਗਾਈਡ ਤਰੀਕੇ ਸੇ ਲੋਕ ਆਪਣੀ ਐਪਲੀਕੇਸ਼ਨਸ ਦੇ ਰਹੇ ਹੈ, ਬਹੁਤ ਐਕਸਟਰਾ ਪੈਸੇ ਖਰਚ ਗਏ। ਹਮਾਰਾ ਏਮ ਇਹ ਹੈ ਕਿ ਹਮ ਲੋਕੋ ਕੋ ਇਹ ਬਤਾਏ, ਸਟੂਡੈਂਟ ਕੋ ਇਹ ਬਤਾਏ ਕਿਆ ਰਾਈਟ ਚੈਨਲ ਹੈ, ਉਨਕੋ ਕਿਤਨਾ ਵੈਲ ਇਨਫਾਰਮ ਹੋਣਾ ਚਾਹੀਏ ਆਪਣੀ ਫਾਈਲ ਕੇ ਲਈ, ਔਰ ਕਿਤਨੇ ਜੈਨੂਅਨਲੀ ਪੈਸੇ ਖਰਚ ਕੇ ਕਿਤਨੇ ਆਸਾਨ ਤਰੀਕੇ ਸੇ ਜਾਂ ਕਿਸ ਤਰੀਕੇ ਸੇ ਆ ਸਕਤੇ ਹੈ, ਉਹ ਜ਼ਿਆਦਾ ਇੰਪੋਰਟੈਂਟ ਹੈ। ਨਾ ਉਹ ਮਿਸਗਾਈਡ ਕੀ ਜਾਏ, ਨਾ ਉਹ ਆਪਣੇ ਪੈਸੇ ਬਰਬਾਦ ਕਰੇ। ਇਫ ਦੇ ਆਰ ਐਲੀਜੀਬਲ ਯੂ ਵਿਲ ਹੈਲਪ ਦੈਮ ਟੂ ਕਮ, ਇਫ ਦੇ ਆਰ ਨਾਟ ਵੀ ਲੈਟ ਦੈਮ ਨੋ, ਸੋ ਇਟਸ ਅ ਕਲੀਅਰ ਪ੍ਰੋਸੈਸ ਦੈਟ ਯੂ ਵਾਂਟ ਟੂ ਮੇਕ ਇਟ। ਹਮ ਬਹੁਤ ਸਾਰੇ ਕੈਟੇਗਰੀਜ਼ ਮੇਂ ਡੀਲ ਕਰਤੇ ਹੈ, ਹਮ ਇੱਕ ਸੌ ਸੈਂਟਰ ਮੇਂ ਡੀਲ ਕਰਤੇ ਹੈ, ਹਮ ਅਟ੍ਰੈਕਟਿਵ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਮੇਂ ਡੀਲ ਕਰਤੇ ਹੈ, ਸਟੂਡੈਂਟ ਵੀਜ਼ਾਜ਼ ਮੇਂ ਡੀਲ ਕਰਤੇ ਹੈ। ਹਮ ਕਾਫੀ ਸਟੂਡੈਂਟਸ ਜਿਨਕੇ ਵੀਜ਼ਾਜ਼ ਰਿਜੈਕਟ ਹੋ ਕਈ ਔਰ ਸੇ ਰਿਜੈਕਸ਼ਨ ਕਰਵਾ ਕੇ ਆਉਂਦੇ ਹੈ, ਅਗਰ ਹਮੇਂ ਲਗਤਾ ਹੈ ਕਿ ਉਨਕੀ ਫਾਈਲ ਸਟਰੋਂਗ ਹੈ ਦੁਬਾਰਾ ਰਿਪਲਾਈ ਕਰਨ ਕੇ ਲਈ, ਤੋ ਹਮ ਉਨਕੀ ਰੀ ਐਪਲੀਕੇਸ਼ਨ ਕਰਕੇ ਉਨਕੇ ਰਿਪੋਰਟਸ ਕਰਵਾਤੇ ਹੈ। ਹਮ ਕਾਉਂਸਲ ਨੋਮੀਨੇਸ਼ਨ ਮੇਂ ਵੀ ਕਰਤੇ ਹੈ, ਨੌਜਵਾਨਾਂ ਦੇ ਪੇਰੈਂਟਸ ਨੇ ਭਾਗ ਲਿਆ, ਪੰਜਾਬ ਆਈ ਟੀ ਦੇ ਸਟੂਡੈਂਟ ਨੇ ਭਾਗ ਲਿਆ, ਅਤੇ ਉਹਨਾਂ ਨੂੰ ਦੱਸਿਆ ਕਿ ਅਸੀਂ ਬੈਂਕ ਆਫ ਮਹਾਰਾਸ਼ਟਰਾ ਦੇ ਨਾਲ ਵੀ ਟਾਈ ਅਪ ਕੀਤਾ ਗਿਆ ਤਾਂ ਕਿ ਜੋ ਕਿ ਬੱਚਿਆਂ ਨੂੰ ਫਾਈਨੈਂਸ਼ਲੀ ਪ੍ਰੋਬਲਮ ਆਉਂਦੀ ਆ ਉਹ ਨਾ। ਕੈਮਰਾਮੈਨ ਹਰਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਂ, ਜਗਸੇਵ ਵੈਬ ਟੀ ਵੀ, ਮੋਗਾ।